ਜੀ ਪੰਜਾਬ ਹਰਿਆਣਾ ਹਿਮਾਚਲ ਦੇ ਸਾਰੇ ਹੀ ਦਰਸ਼ਕਾਂ ਦਾ ਪਰਮਵੀਰ ਸਿੰਘ ਔਲਖ ਵੱਲੋਂ ਸਵਾਗਤ ਹੈ ਤੇ ਅੱਜ ਜਿਹੜੀ ਘਟਨਾ ਬੀਤੀ ਰਾਤ ਵਾਪਰੀ ਬੀਤੀ ਸ਼ਾਮ ਵਾਪਰੀ ਦੁਖਦਾਈ ਘਟਨਾ ਜਿਸ ਤੇ ਸਿੱਖ ਧਰਮ ਚ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਤੇ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਇਸਾਈ ਹੈ ਹਰ ਇੱਕ ਧਰਮ ਦੀ ਕਲ ਹਿਰਦੇ ਜਿਹੜੇ ਸੀਗੇ ਉਹ ਬਲੁੰਦਰੇ ਗਏ ਸੀਗੇ ਜਿਹੜੀ ਘਟਨਾ ਸੀ ਧੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੋਈ ਉਸੇ ਨੂੰ ਲੈ ਕੇ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆਤੇ ਜਿਹੜੇ ਗਰੰਤੀ ਸਿੰਘ ਗਿਆਨੀ ਬਲਜੀਤ ਸਿੰਘ ਜੀ ਜਿਹੜੇ ਰਹਿਰਾ ਸਾਹਿਬ ਕਰ ਰਹੇ ਸੀਗੇ ਜਿਹੜੇ ਬਹੁਤ ਹੀ ਸਡੋਲ ਤੇ ਨਰਮ ਸੁਭਾਅ ਦੇ ਨੇ ਆਪਣਾ ਉਹਨਾਂ ਨੇ ਰਹਿਵਾ ਸਾਹਿਬ ਦਾ ਪਾਠ ਜਿਹੜਾ ਕੰਟੀਨਿਊ ਰੱਖਿਆ ਇਸੇ ਦੇ ਵਿਚਾਲੇ ਜਦੋਂ ਉਹ ਵਿਅਕਤੀ ਸ਼ਰਾਰਤੀ ਅੰਸਰ ਜਿਹੜਾ ਗਲਿਆਰੇ ਦੇ ਵਿੱਚ ਵੜਿਆ ਸੀਗਾ ਸਾਡੇ ਨਾਲ ਗਿਆਨੀ ਬਲਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਸੀਗਾ ਉਸ ਘਟਨਾਕ੍ਰਮ ਬਲਜੀਤ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜੀ ਜੀ ਕੀ ਕੱਲ ਘਟਨਾ ਹੋਈ ਕਿਸ ਤਰ੍ਹਾਂ ਅਸੀਂ ਦੇਖਿਆ ਕਿ ਤੁਸੀਂ ਪੂਰੀ ਬਾਣੀ ਨਾਲ ਲਿਵ ਲੱਗੀ ਸੀਗੀ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਤੇ ਅਚਾਨਕ ਕੀ ਇਸ ਤਰ੍ਹਾਂ ਦਾ ਹੋ ਗਿਆ ਕਿਉਂਕਿ ਅੱਜ ਤੱਕ ਇਤਿਹਾਸ ਚ ਸੱਚਖੰਡ ਦੇ ਅੰਦਰ ਇਹੋ ਜਿਹਾ ਕੰਮ ਨਹੀਂ ਹੋਇਆ ਤੁਸੀਂ ਕਿਵੇਂ ਦੇਖ ਰਹੇ ਹੋ ਉਹ ਵੀਡੀਓ ਜਿਹੜੀ ਪਈ ਸੀ ਆਪ ਜੀਆ ਨੇ ਦੇਖੀ ਹੈ ਸਾਰਿਆਂ ਨੇ ਸੰਗਤ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਉਹ ਸਾਹਮਣੇ ਤੋਂ ਸਿਰ ਫੇਰਾ ਜੰਗਲਾ ਟੱਪ ਕੇ ਅੰਦਰ ਆਉਂਦਾ ਆ ਸਾਰੀ ਸੰਗਤ ਨੇ ਵੀਡੀਓ ਵੇਖੀ ਆ ਪਿਓ ਅੱਗੇ ਕੀ ਕੀਤਾ ਉਹਨੇ ਹੈ ਨਾ ਸਿਰ ਸਭ ਚੁੱਕੀ ਆ ਤੇ ਚਲੋ ਡਿਸਟਰਬੈਂਸ ਸਾਰਿਆਂ ਨੂੰ ਹੁੰਦੀ ਆ ਮੈਨੂੰ ਵੀ ਹੋਈ ਆ ਪਰ ਮਹਾਰਾਜ ਜੀ ਦਾ ਬਾਕ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਸੱਚੇ ਪਾਤਸ਼ਾਹ ਮਹਾਰਾਜ ਨੇ ਸੀਸ ਤੇ ਮਿਹਰ ਪ੍ਰਹਤ ਰੱਖ ਕੇ ਆਪਣੀ ਸੇਵਾ ਮਹਾਰਾਜ ਜੀ ਦੀ ਮਹਾਰਾਜ ਜੀ ਨੇ ਆਪੇ ਕਰਾ ਲਈ ਦਾਸ ਕੋਲੋਂ ਬਾਕੀ ਸਿੰਘਾਂ ਦਾ ਸਹਿਯੋਗ ਸਾਰਿਆਂ ਦਾ ਨਾਲ ਰਿਹਾ ਅਰਦਾਸੀ ਸਿੰਘ ਦਾ ਸਾਡੇ ਸੇਵਾਦਾਰਾਂ ਦਾ ਚੌਰ ਪ੍ਰਤਾਪ ਸਿੰਘ ਹੈ ਨਾ ਤੇ ਆਪ ਇਸ ਵੇਖਿਆ ਸਾਰੀ ਸੰਗਤ ਨੇ ਵੇਖਿਆ ਕਿ ਉਹਨਾਂ ਨੇ ਬੜੀ ਮੁਸ਼ਤੈਦੀ ਦੇ ਨਾਲ ਉਹਨੂੰ ਮਿੰਟਾਂ ਮਿੰਟਾਂ ਦੇ ਵਿੱਚ ਹੀ ਕਾਬੂ ਕਰ ਲਿਆ ਸੀ ਜੇ ਉਹ ਮਿੰਟਾਂ ਇਸ ਅਖਫਰਕੇ ਨਾਲ ਅੰਦਰ ਪਹੁੰਚੇ ਤਾਂ ਅਖਫਰਕੇ ਨਾਲ ਸਿੰਘਾਂ ਨੂੰ ਕਾਬੂ ਕਰ ਲਿਆ ਵੱਡੀ ਘਟਨਾ ਹੋਣ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਾ ਲਈ ਹੈ ਔਰ ਮਰਿਆਦਾ ਸਾਰੀ ਕਾਇਮ ਰਹੀ ਹੈ ਮਰਿਆਦਾ ਵਿੱਚ ਕੋਈ ਵਿਗਨ ਨਹੀਂ ਪਿਆ ਜੀ ਬਲਜੀ ਜੀ ਉਹ ਜਿਹੜਾ ਵਾਕਿਆ ਸੀਗਾ ਤੁਸੀਂ ਅੱਖੀਂ ਦੇਖਿਆ ਕਿਉਂਕਿ ਤੁਸੀਂ ਇਸ਼ਾਰਾ ਵੀ ਕੀਤਾ ਕਿ ਇਸ ਕਰਕੇ ਇਸ ਤਰ੍ਹਾਂ ਤੁਹਾਡਾ ਹੱਥ ਵੀ ਉੱਪਰ ਗਿਆ ਇਸ਼ਾਰਾ ਕੀਤਾ ਉਹ ਉਹ ਜਿਹੜੇ ਸੇਵਾਦਾਰ ਸੀਗੇ ਇਸ ਵਾਲੇ ਪਾਸੇ ਸੀਗੇ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਇਹ ਸੋਚ ਵਿਚਾਰ ਕੇ ਕੀਤਾ ਗਿਆ ਕਿਉਂਕਿ ਉਹ ਉਸ ਸਾਈਡ ਆਇਆ ਜਿੱਥੇ ਕੋਈ ਸੇਵਾਦਾਰ ਨਹੀਂ ਸੀਗਾ ਉਹਨੇ ਉੱਥੋਂ ਟੱਪਿਆ ਆ ਕੇ ਅੱਗੇ ਫਿਰ ਉਹ ਮੀਡੀਆ ਗਾੜੀ ਜਿੱਥੇ ਕੈਮਰੇ ਲੱਗੇ ਸੀਗੇ ਫਿਰ ਉਧਰ ਆ ਕੇ ਕਿਰਪਾਨ ਚਾ ਕੇ ਕੀਤਾ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਅਸੀਂ ਕਹਿ ਸਕਦੇ ਹਾਂ ਸੇਵਾਦਾਰ ਐਦਾਂ ਹੁੰਦਾ ਵੀ ਰਾਤ ਰਾਤ ਵੇਲੇ ਸੇਵਾਦਾਰ ਥੱਲੇ ਬਹਿ ਜਾਂਦੇ ਸਾਰੇ ਇੱਕ ਜਿਹੜਾ ਮੇਨ ਬਾਰੀ ਤੇ ਹੁੰਦਾ ਉਹ ਖੜਾ ਹੁੰਦਾ ਬਾਕੀ ਬੈਠੇ ਹੁੰਦੇ ਆ ਤੇ ਨਾਲੇ ਆਜ ਘਟਨਾ ਬਾਰੇ ਕਿਸੇ ਨੂੰ ਕੀ ਪਤਾ ਹੈ ਨਾ ਵੀ ਆ ਵੀ ਕਿਸੇ ਦੇ ਮਨ ਵਿੱਚ ਕੀ ਪਾਪ ਹੈ ਪਾਪ ਬੁਰਾ ਪਾਪੀ ਕੋ ਪਿਆਰ ਹਨ ਉਹਦੇ ਮਨ ਵਿੱਚ ਪਾਪ ਸੀ ਉਹਨੇ ਪਾਪ ਕਰਨਾ ਸੀਗਾ ਉਹ ਇਹੋ ਜਾਣਦਾ ਸੀਗਾ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਪ੍ਰਬੰਧ ਵਧੀਆ ਸੀਗਾ ਸਿੰਘਾਂ ਦੀ ਮੁਸ਼ਤੈਦੀ ਸੀਗੀ ਮੁਸ਼ਤੈਦੀ ਕਰਕੇ ਸਾਰਾ ਜਾਨੀ ਕਿ ਜੇ ਚੁਕੰਨੇ ਸੀਗੇ ਚੁਕੰਨੇ ਹੋਣ ਕਰਕੇ ਸਾਰਾ ਜਾਨੀ ਕਿ ਘਟਨਾਕ੍ਰਮ ਥਾਂ ਦਾ ਥਾਂ ਉਹਦੀ ਜਾਨੀ ਕਿ ਜਿਹੜੇ ਉਹਦੇ ਮਨਸੇ ਸੀਗੇ ਉਹਨਾਂ ਉੱਤੇ ਪਾਣੀ ਫੇਰਦਾ ਸਿੰਘ ਆ ਰਿਹਾ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਗਿਆਨੀ ਜੀ ਜਦੋਂ ਤੁਸੀਂ ਉਸ ਨੂੰ ਆਉਂਦੇ ਨੂੰ ਦੇਖਿਆ ਤੁਹਾਨੂੰ ਲੱਗਿਆ ਕਿ ਇਹ ਕੋਈ ਮੇਰੇ ਤੇ ਹਮਲਾ ਕਰਨਾ ਕਿਉਂਕਿ ਉਹ ਆਇਆ ਸਿੱਧਾ ਤੁਹਾਡੇ ਵੱਲ ਨੂੰ ਸੀਗਾ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਸੀਗਾ ਕਿ ਮੇਰੇ ਤੇ ਹਮਲਾ ਕਰਨ ਲੱਗਿਆ ਕਿਰਪਾਨ ਚਾਕੇ ਪਰ ਤੁਸੀਂ ਆਪਣਾ ਸਡੋਲ ਤੁਸੀਂ ਰਹਿਰਾ ਸਾਹਿਬ ਦਾ ਪਾਰ ਤੁਸੀਂ ਕਰਦੇ ਰਹੇ ਅਸੀਂ ਦੇਖਿਆ ਲਗਾਤਾਰ ਅਸੀਂ ਤਸਵੀਰਾਂ ਦੇਖੀਆਂ ਜੀ ਜਿਹੜੀ ਮਰਿਆਦਾ ਵੇਖੋ ਮਰਿਆਦਾ ਸੱਚੇ ਪਾਤਸ਼ਾਹ ਮਹਾਰਾਜੇ ਦੀ ਬਣਾਈ ਹੋਈ ਆ ਉਹਦੇ ਵਿੱਚ ਵਿਗਨ ਨਹੀਂ ਪੈਣਾ ਚਾਹੀਦਾ ਹਾਂ ਜੀ ਤੇ ਬਾਕੀ ਚਲੋ ਸਤੇਪਾਦਸ਼ਾਹ ਮਹਾਰਾਜ ਜੀ ਨੇ ਮੈਂ ਤਾਂ ਗੱਲ ਇੱਕ ਹੀ ਆਖਾਂਗਾ ਜੇ ਆਖਾਂ ਕਿ ਮੈਂ ਕੀਤਾ ਆ ਮੇਰੇ ਮੈਂ ਕੀਤਾ ਇਹ ਤਾਂ ਆਪਣੀ ਹੌਮੇ ਨੂੰ ਪੱਠੇ ਪਾਣੀ ਵਾਲੀ ਗੱਲ ਹੈ ਇਹਨਾਂ ਜੀ ਤੇ ਆਪਾਂ ਹੌਮੇ ਨੂੰ ਆਪਣੀ ਪੱਠੇ ਵੀ ਨਹੀਂ ਪਾਉਣੇ ਤੇ ਜੋ ਵੀ ਕੀਤਾ ਸਤੇਪਾਦਸ਼ਾਹ ਮਹਾਰਾਜ ਜੀ ਨੇ ਮਹਾਰਾਜ ਦੀ ਕਿਰਪਾ ਸਦਕਾ ਹੀ ਸਾਰਾ ਕੁਝ ਹੋਇਆ ਮਹਾਰਾਜ ਜੀ ਨੇ ਬਚਾ ਕਰਾਇਆ ਸਾਰਿਆਂ ਦਾ ਬਿਦ ਮਰਿਆਦਾ ਤੇ ਸਿੱਖ ਸੰਗਤ ਨੂੰ ਕੋਈ ਸੰਦੇਸ਼ ਕੋਈ ਉਦੇਸ਼ ਕਿਉਂਕਿ ਇਹੋ ਜੀਆਂ ਘਟਨਾਵਾਂ ਦੇ ਨਾਲ ਕਿਤਨਾ ਕਿਤੇ ਸ਼ਾਂਤੀ ਭੰਗ ਹੁੰਦੀ ਹੈ ਕਿਉਂਕਿ ਹਿਰਦੇ ਸਾਰਿਆਂ ਦੇ ਜਿਹੜੇ ਨੇ ਨਤਮਸਤਕ ਹਰ ਇੱਕ ਸੰਗਤ ਦੇ ਰੂਪ ਦੇ ਵਿੱਚ ਚਾਹੇ ਹਿੰਦੂ ਸਿੱਖ ਹੈ ਈਸਾਈ ਹੈ ਸੰਗਤ ਦੇ ਰੂਪ ਚ ਸਾਰੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਂਦੇ ਨੇ ਗੁਰੂ ਰਾਮਦਾਸ ਦੇ ਦਰ ਤੇ ਆਉਂਦੇ ਨੇ ਕੋਈ ਸੰਦੇਸ਼ ਸੰਗਤਾਂ ਨੂੰ ਦੇਣਾ ਚਾਹੋਗੇ ਸ਼ਾਂਤੀ ਦਾ ਹਾਂ ਜੀ ਬਿਖੋ ਜਿਤ ਤਰ੍ਹਾਂ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਜਾਣੀ ਹਰ ਪ੍ਰੀਤ ਸਿੰਘ ਜੀ ਨੇ ਵੀ ਦਿੱਤਾ ਇਹ ਸੰਗਤ ਨੂੰ ਆਖਿਆ ਹੈ ਨਾ ਤੇ ਉਹ ਤੋਂ ਬਾਅਦ ਸਾਡੇ ਪ੍ਰਧਾਨ ਜੀ ਨੇ ਹਰਜਿੰਦਰ ਸਿੰਘ ਜੀ ਧਾਮੀ ਨੇ ਉਹਨਾਂ ਨੇ ਵੀ ਤੇ ਹੈਡ ਗ੍ਰਾਂਥੀ ਸਾਹਿਬ ਜੀ ਨੇ ਵੀ ਸੰਗਤਾਂ ਨੂੰ ਜਾਨੀ ਕਿ ਸੰਦੇਸ਼ ਦਿੱਤਾ ਹੈ ਵੀ ਭਾਈ ਸ਼ਾਂਤੀ ਬਣਾਈ ਰੱਖੋ ਮਰਿਆਦਾ ਬਿਲਕੁਲ ਕਾਇਮ ਹੈ ਮਰਿਆਦਾ ਦੇ ਵਿੱਚ ਕੋਈ ਵਿਗਨ ਨਹੀਂ ਪਿਆ ਹੈਗਾ ਤੇ ਦੂਸਰੀ ਬੇਨਤੀ ਇਹ ਹੈ ਚਲੋ ਇਹ ਸਿਰਫ ਇਹ ਲੋਕ ਨੇ ਕੌਣ ਨੇ ਇਹ ਨੇ ਪਿੱਛੇ ਪ੍ਰਮਾਤਮਾ ਜਾਣਦਾ ਬਾਕੀ ਜਿਹੜਾ ਪ੍ਰਸ਼ਾਸਨ ਕਰ ਰਿਹਾ ਪਤਾ ਹੈ ਨਾ ਤੇ ਮੈਂ ਤਾਂ ਇਹ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਤੇ ਆਪਣੇ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਮੁਸ਼ਤੈਦੀ ਰੱਖੋ ਇਹਨਾਂ ਦਾ ਕੀ ਪਤਾ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਦੇ ਕੀ ਮਨਸ਼ੇ ਨੇ ਇਹਨਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਦੀ ਮਰਿਆਦਾ ਨੂੰ ਤੇ ਇਹ ਵਿਆਧ ਵੀ ਕਰਨ ਦੇ ਮਨਸ਼ੇ ਨਾਲ ਆਉਂਦੇ ਆ ਉਹ ਕਰ ਵੀ ਸਕਦੇ ਆ ਜੇ ਸਾਡੇ ਸਿੰਘ ਮੁਸ਼ਤੈਦ ਨਾ ਹੁੰਦੇ ਚਕੰਨੇ ਨਾ ਹੁੰਦੇ ਉਹ ਕੁਝ ਵੀ ਕਰ ਸਕਦਾ ਸੀ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ ਮਨ ਸਾਹ ਦਾ ਨੁਕਸਾਨ ਪਹੁੰਚਾਉਣ ਦਾ ਸੇਕ ਵੀ ਆਦੀ ਵੀ ਕਰਨ ਦਾ ਸੀਗਾ ਚਲੋ ਫਿਰ ਵੀ ਬਾਰ ਬਾਰ ਸੱਚੇ ਪਾਤਸ਼ਾਹ ਮਹਾਰਾਜ ਦੀ ਧੰਨਵਾਦ ਕੋਟਾਰ ਕੋਟ ਸ਼ੁਕਰਾਨਾਬਦ ਮਹਾਰਾਜ ਜੀ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਤਨਾ ਕਿਤੇ ਜਿਹੜੀ ਮਨਸ਼ਾ ਸੀਗੀ ਉਹ ਉਸ ਵਿਅਕਤੀ ਦੀ ਜਿਹੜੀ ਸੀਗੀ ਠੀਕ ਨਹੀਂ ਸੀਗੀ ਰਾਤ ਤੋਂ ਹੀ ਅਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਕੱਲੀ-ਕੱਲੀ ਚੀਜ਼ ਯਾਨੀ ਕਿ ਕੋਖ ਕਰ ਰਹੇ ਆ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਖਰਕਾਰ ਉਹ ਵਿਅਕਤੀ ਕੌਣ ਸੀਗਾ ਕਿਸ ਨੇ ਉਹਨੂੰ ਭੇਜਿਆ ਸੀਗਾ ਹਾਲਾਂਕਿ ਪ੍ਰਸ਼ਾਸਨ ਵੱਲੋਂ ਹਲੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ ਸੋ ਇਸੇ ਨੂੰ ਲੈ ਕੇ ਲਗਾਤਾਰ ਸਾਡੀਆਂ ਖਬਰਾਂ ਵੀ ਜਾਰੀ ਨੇ ਕੈਮਰਾਮੈਨ ਸ਼ੁਭਮ ਦੇ ਨਾਲ ਪਰਮਵੀ ਰੌਲਕਸੀ ਮੀਡੀਆ ਹਮਰਿਸਰ